ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ। ਅੱਜ ਦੇ ਮੁੱਖ ਮਹਿਮਾਨ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ, ਮਾਨਯੋਗ ਕੈਬਨਿਟ ਮੰਤਰੀ ਉਦਯੋਗ ਤੇ ਵਣਜ ਵਪਾਰ ਪੰਜਾਬ ਸਰਕਾਰ ਸਾਡੇ ਵਿੱਚ ਪਹੁੰਚ ਚੁੱਕੇ ਨੇ। ਪਰੇਡ ਦਾ ਨਿਰੀਖਣ ਕਰਨ ਲਈ ਜਾਂਦੇ ਹੋਏ ਸ਼੍ਰੀ ਸੰਯਮ ਅਗਰਵਾਲ ਜੀ ਅਤੇ ਨਿਰੀਖਣ ਕਰਨ ਲਈ ਜਾਂਦੇ ਹੋਏ ਓਵਰਆਲ ਪਰੇਡ ਕਮਾਂਡਰ ਡੀਐਸਪੀ ਮਨਿੰਦਰਪਾਲ ਸਿੰਘ ਜੀ, ਜੇ ਬਾਤ ਹਵਾਓਂ ਕੋ ਬਤਾਏ ਰੱਖਣਾ ਰੋਸ਼ਨੀ ਹੋਗੀ ਚਿਰਾਗੋਂ ਕੋ ਜਲਾਏ, ਜ਼ਿਲ੍ਹਾ ਪੱਧਰੀ 72ਵਾਂ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ, ਮਾਨਯੋਗ ਕੈਬਨਿਟ ਸਰਕਾਰ ਪਰੇਡ ਦੇ ਨਿਰੀਖਣ ਲਈ ਗਰਾਊਂਡ ਦੇ ਵਿੱਚ ਡੀਐਸਪੀ ਸਾਹਿਬ ਪਠਾਨਕੋਟ ਪਰੇਡ ਦਾ ਨਿਰੀਖਣ ਕਰ ਰਹੇ ਨੇ। ਪੰਜਾਬ ਗੋਬਰ ਪਠਾਨਕੋਟ ਸੰਦੇਸ਼ ਦਿੰਦੇ ਹੋਏ ਹਵਾ ਵਿੱਚ ਲਹਿਰਾਉਂਦੇ ਹੋਏ ਦੋਨੇ ਹਰ ਸਵੇਰ ਜੇ ਚੜ੍ਹਨ ਲੱਗਿਆ ਸੂਰਜ ਦੀ ਕੇਸਰੀ ਰੰਗ ਹਿਮਾਲਿਆ ਦੀਆਂ ਵਰਜੀਨੀਆ ਚਿੱਟੇ ਰੰਗ ਦੀਆਂ ਹਿੰਦੁਸਤਾਨ ਦਾ ਤਿਰੰਗਾ ਬਣ ਕੇ ਹਰ ਸਵਾਰ ਸਾਡਾ ਸਵਾਗਤ ਕਰਦੀ ਹੈ। ਪਿਆਰੇ ਪੰਜਾਬ ਵਾਸੀਓ, ਖਾਸ ਕਰਕੇ ਪਠਾਨਕੋਟ ਵਾਸੀਓ, ਅੱਜ ਅਸੀਂ ਆਪਣੇ ਦੇਸ਼ ਦੇ ਗਣਤੰਤਰ ਬਣਨ ਦੀ 71ਵੀਂ ਵਰ੍ਹੇਗੰਢ ਜਿਹੜਾ ਕਿ 72 ਸ਼ੁਰੂ ਹੋ ਗਿਆ, ਮੈਂ ਇਸ ਸ਼ੁਭ ਦਿਹਾੜੇ 'ਤੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਖਾਸ ਕਰ ਜ਼ਿਲ੍ਹਾ ਪਠਾਨਕੋਟ ਵਾਸੀ Subscribe to my channel and also press this